ਕਸਮ ਪ੍ਰਭੂ ਪਿਛਲੇ ਕੁਝ ਦਿਨਾਂ ਦੇ ਵਿੱਚ ਕਣਕ ਦੇ ਵਿੱਚ ਗੁਲਾਬੀ ਸੁੰਡੀ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਭਾਵੇਂ ਜੀਰੋ ਡਲ ਦੇ ਨਾਲ ਬੀਜੀ ਹੋਈ ਹੈ ਭਾਵੇਂ ਪਲੌ ਕਰਕੇ ਬੀਜੀ ਹੈ ਤੇ ਭਾਵੇਂ ਅੱਗ ਲਾਉਣ ਤੋਂ ਬਾਅਦ ਸੁਪਰ ਸੀਡਰ ਦੇ ਨਾਲ ਬੀਜੀ ਹੈ ਜਾਂ ਨਾਰਮਲ ਬਿਨਾਂ ਅੱਗ ਲਾਏ ਸੁਪਰ ਸੀਡਰ ਦੇ ਨਾਲ ਬਜਾਈ ਕੀਤੀ ਹੈ ਤਾਂ ਕਣਕ ਦੇ ਵਿੱਚ ਕਿਤੇ ਨਾ ਕਿਤੇ ਖੇਤਾਂ ਦੇ ਵਿੱਚ ਗੁਲਾਬੀ ਸੁੰਡੀ ਦੇਖੀ ਗਈ ਹੈ ਜ਼ਿਆਦਾਤਰ ਏਰੀਆ ਲੁਧਿਆਣੇ ਤੇ ਪਟਿਆਲਾ ਸੰਗਰੂਰ ਦਾ ਹੈਗਾ ਕੁਝ ਏਰੀਆ ਅਮਰਸਰ ਸਾਹਿਬ ਤਨਤਨ ਸਾਹਿਬ ਦੇ ਨੇੜੇ ਵੀ ਦੇਖਿਆ ਗਿਆ ਮੁਕਸਰ ਸਾਹਿਬ ਦੇ ਵਿੱਚ ਵੀ ਸੁੰਡੀ ਦੇਖੀ ਗਈ ਤੁਸੀਂ ਆਪਣਾ ਏਰੀਆ ਜਰੂਰ ਦੱਸਿਓ ਜਿੱਨਾਂ ਖੇਤਾਂ ਦੇ ਵਿੱਚ ਗੁਲਾਬੀ ਸੁੰਡੀ ਦਿਖੀ ਹੈਗੀ ਆ ਮੈਂ ਮੋਸਟਲੀ 3 ਸਾਲ ਤੋਂ ਇਸ ਸਮੱਸਿਆ ਵਾ ਦੇ ਹੱਕ ਦੇ ਵਿੱਚ ਨਹੀਂ ਹੈਗਾ ਕਿ ਇਹ ਨਹੀਂ ਆਉਣੀਆਂ ਚਾਹੀਦੀਆਂ ਪਰ ਕਿਸਾਨ ਸਟ੍ਰੀਟਮੈਂਟ ਵੀ ਨਹੀਂ ਕਰਦੇ ਹੈਗੇ ਆਪਣੀ ਜਿਹੜੀ ਫਸਲ ਆ ਜਿਹੜੀ ਲਾਸਟ ਫਸਲ ਆ ਆਪਣੀ ਝੋਨਾ ਵੱਢਣ ਸਮੇਂ ਉਦੇ ਵਿੱਚ ਕਿੰਨਾ ਕੁ ਜ਼ਿਆਦਾ ਐਕਟਿਵ ਹੈ ਕੋਈ ਬਾਰਰ ਉਹਦੀ ਵੀ ਆਪਾਂ ਪਛਾਣ ਨਹੀਂ ਕਰਦੇ ਹੈਗੇ ਤੇ ਲੋਡ ਤੋਂ ਸਮੇਂ ਤੋਂ ਪਹਿਲਾਂ ਆਪਾਂ ਅਗੀਤੀਆਂ ਬਜਾਈਆਂ ਕਰਦੇ ਆ ਤਾਂ ਉਹਦੇ ਵਿੱਚ ਇਹ ਸਮੱਸਿਆ ਜ਼ਿਆਦਾ ਆਉਂਦੀ ਹੈਗੀ ਆ ਕਿਉਂਕਿ ਉਸ ਸਮੇਂ ਆਪਣੇ ਖੇਤਾਂ ਦੇ ਵਿੱਚ ਇਸ ਦੇ ਪਤੰਗੇ ਵੀ ਐਕਟਿਵ ਹੁੰਦੇ ਆ ਜਿਹੜਾ ਕਣਕ ਦਾ ਗੁਲਾਬੀ ਕੀੜਾ ਹੈਗਾ ਇਹ ਪਾਕਿਸਤਾਨ ਤੋਂ ਆਇਆ ਤੇ ਉੱਥੇ ਕਾਫੀ ਸਾਲਾਂ ਤੋਂ ਤਬਾਹੀ ਮਚਾ ਰਿਹਾ ਹੈ ਜਿੰਨਾ ਸਾਲਾਂ ਦੇ ਵਿੱਚ ਸ਼ੁਰੂਆਤੀ ਵਸਤਾ ਵਿੱਚ ਕਣਕ ਉਗਰਨ ਤੋਂ ਬਾਅਦ ਜਾਂ ਕਣਕ ਦੀ ਬਿਜਾਈ ਦੇ ਸਮੇਂ ਟੈਂਪਰੇਚਰ ਜ਼ਿਆਦਾ ਰਹਿੰਦਾ ਦਿਨ ਦੇ ਸਮੇਂ ਤਾਂ ਉੱਥੇ ਇਹ ਐਗਲਿੰਗ ਕਰਦਾ ਤੇ ਕਣਕ ਦੇ ਵਿੱਚ ਵੀ ਇਹਦਾ ਹਮਲਾ ਕਈ ਵਾਰ ਬਹੁਤ ਘੱਟ ਤੇ ਕਈ ਵਾਰ ਬਹੁਤ ਜ਼ਿਆਦਾ ਦੇਖਿਆ ਜਾਂਦਾ ਅੱਜ ਤੋਂ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਕਾਫੀ ਇਹਨੇ ਤਬਾਹੀ ਮਚਾਈ ਸੀ ਪਰ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਹੈਗਾ ਕਿ ਤੁਸੀਂ ਆਪਣੇ ਖੇਤਾਂ ਦੀ ਮਿੱਟੀ ਦੇ ਵਿੱਚ ਵਾਰ-ਵਾਰ ਖੇਤੀ ਕਰਨੀ ਹੈ ਤੇ ਇਸ ਕੀੜੇ ਨੂੰ ਟਿਕਾਣੇ ਲਗਾਉਣ ਦੇ ਲਈ ਜਾਂ ਇਸ ਕੀੜੇ ਨੂੰ ਮਾਰਨ ਦੇ ਲਈ ਤੁਸੀਂ ਆਪਣੇ ਖੇਤਾਂ ਦੇ ਵਿੱਚ ਦਾਣੇਦਾਰ ਜ਼ਹਿਰਾਂ ਦੀ ਵਰਤੋਂ ਨਾ ਕਰੋ ਤੇ ਨਾ ਹੀ ਕਿਸੇ ਜ਼ਹਿਰ ਨੂੰ ਯੂਰੀਆ ਦੇ ਨਾਲ ਮਿਲਾ ਕੇ ਥੱਲੇ ਛਿੱਟਾ ਦਿਓ। ਅਗਰ ਤੇ ਜਲਦੀ ਠੰਡ ਸ਼ੁਰੂ ਹੋ ਜਾਂਦੀ ਤਾਂ ਇਹ ਕੀੜਾ ਬੈਸੀ ਸੁਸਤ ਅਵਸਥਾ ਦੇ ਵਿੱਚ ਚਲਾ ਜਾਂਦਾ ਤੇ ਦੁਬਾਰਾ ਤੋਂ ਫਿਰ ਇਹ ਐਂਡ ਫਰਬਰੀ ਮਿਡ ਫਰਬਰੀ ਦੇ ਵਿੱਚ ਜਦੋਂ ਟੈਂਪਰੇਚਰ ਬਦਲ ਲੱਗਦੇ ਆ ਉਦੋਂ ਦੁਬਾਰਾ ਫਿਰ ਹਮਲਾ ਕਰਦਾ। ਉਦੋਂ ਫਸਲ ਕਾਫੀ ਵੱਡੀ ਹੋ ਗਈ ਹੁੰਦੀ ਆ ਤੇ ਆਪਾਂ ਨਾਰਮਲ ਕੋਈ ਤੇਲਿਆਲੀ ਸਪਰੇਅ ਕਰਦੇ ਆ ਉਹਦੇ ਨਾਲ ਸੈਕਟੀਸਾਈਡ ਪਾ ਸਕਦੇ ਆ। ਪਰ ਹੁਣ ਉਹਨਾਂ ਖੇਤਾਂ ਦੇ ਵਿੱਚ ਜਿੱਥੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈਗਾ ਕਿਥੇ ਕਾਫੀ ਖੇਤ ਖਾਲੀ ਹੋਣ ਨੂੰ ਤਿਆਰ ਆ ਤੁਸੀਂ ਹੋਰ ਵੈਰਾਈਟੀ ਉੱਤੇ ਬਜਾਈ ਕਰਨ ਦੇ ਬਾਰੇ ਵੀ ਨਹੀਂ ਸੋਚ ਸਕਦੇ ਹੈਗੇ ਤਾਂ ਉਸ ਨੂੰ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਤੁਸੀਂ ਕੋਈ ਸਪਰੇਹਾਂ ਦੀ ਮਦਦ ਲੈ ਸਕਦੇ ਹੋ ਜਿਨ੍ਹਾਂ ਦੇ ਵਿੱਚ ਸਾਈਪਰਕਲੋਰੋ ਆ ਜਿਹਨੂੰ 505 ਵੀ ਕਹਿੰਦੇ ਆ ਅੱਧਾ ਲੀਟਰ 100 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕੀਤਾ ਜਾ ਸਕਦਾ ਅਗਰ ਇਹ ਨਹੀਂ ਮਿਲਦੀ ਹੈਗੀ ਤਾਂ ਕਾਰਨਲ ਫੋਰਸ ਸਪਰੇ ਵੀ 600 ਤੋਂ 800 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਪ੍ਰੋ ਕਲੇਮ 100 ਗ੍ਰਾਮ ਵੀ ਸਪਰੇ ਕੀਤੀ ਜਾ ਸਕਦੀ ਹੈ ਜਾਂ ਲਿਕੁਇਡ ਪ੍ਰੋ ਕਲੇਮ ਜਿਹਨੂੰ ਤੁਸੀਂ ਐਮਐਮੈਕਟਨ ਬੈਂਜੋਏਟ 1.9% ਈਸੀ ਕਹਿੰਦੇ ਹੋ ਲਿਕੁਇਡ ਪ੍ਰੋਗਲ ਜਿਹੜੀ ਲਿਕੁਇਡ ਫਾਰਮੂਲੇਸ਼ਨ ਦੇ ਵਿੱਚ ਆਉਂਦੀ ਹੈ ਉਹਦੀ ਵੀ 150 ਐਮਐਲ ਮਾਤਰਾ ਸਪਰੇ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਜਿਹੜੇ ਆਮ ਵਾਰਰ ਮਲਟੀਪਲ ਵਾਰਰ ਨੂੰ ਕਿਲ ਕਰਨ ਦੇ ਲਈ ਵਰਤੇ ਜਾਂਦੇ ਆ ਇਹਨਾਂ ਦੇ ਵਿੱਚ ਮਿਕਸਚਰ ਵੀ ਆਉਂਦੇ ਹੈਗੇ ਜਿਵੇਂ ਨੋਵਾਲੂਰੈਂਟ ਐਮੈਕਟਨ ਦਾ ਮਿਕਸਚਰ ਆਉਂਦਾ ਹੈਗਾ ਜਾਂ ਕੋਈ ਹੋਰ ਇੰਡੋਕਸ ਕਾਰਬ ਨੋਵਾਲੂਰੈਂਟ ਦਾ ਮਿਕਸਚਰ ਆਉਂਦਾ ਹੈਗਾ ਤੁਸੀਂ ਉਹਨਾਂ ਦੀ ਮਾਤਰਾ ਸਪਰੇਅ ਕਰ ਸਕਦੇ ਹੋ 200 ਤੋਂ 250 ਐਮਐਲ ਐਸ ਪਰ ਲੇਬਲ ਕਲੇਮ ਜਿਵੇਂ ਉਹਨਾਂ ਦਾ ਹੈਗਾ ਪਰ ਦਾਣੇਦਾਰ ਜ਼ਹਿਰ ਤੁਹਾਨੂੰ ਜ਼ਮੀਨ ਦੇ ਵਿੱਚ ਪਾਉਣ ਨਾਲ ਕੋਈ ਵੱਡਾ ਫਾਇਦਾ ਨਹੀਂ ਹੋਵੇਗਾ ਕਿਉਂਕਿ ਦਾਣੇਦਾਰ ਜ ਹੈ ਜਿਹੜੇ ਜ਼ਹਿਰ ਆ ਉਹ ਜ਼ਮੀਨ ਦੇ ਵਿੱਚ ਜਿਆਦਾ ਮੋਇਸਚਰ ਦੇ ਨਾਲ ਐਕਟੀਵੇਟ ਹੁੰਦੇ ਆ ਤੇ ਜਿੰਨਾ ਜ਼ਮੀਨ ਦੇ ਵਿੱਚ ਪਾਣੀ ਖੜਾ ਰਹੇਗਾ ਜਾਂ ਮੋਇਸਚਰ ਰਹੇਗਾ ਤਾਂ ਫਿਰ ਉਹ ਜਿਆਦਾ ਐਕਟੀਵੇਟ ਹੋਗੇ ਬੂਟੇ ਦੀਆਂ ਸਖਾਵਾਂ ਦੇ ਵਿੱਚ ਜਾਂਦੇ ਆ ਤੇ ਜਿੱਥੇ ਜਿੱਥੇ ਬਾਰਰ ਨੂੰ ਮਾਰਨ ਦਾ ਕੰਮ ਕਰਦੇ ਆ ਪਰ ਕਣਕ ਦੇ ਵਿੱਚ ਆਪਾਂ ਇਹ ਕੰਮ ਨਹੀਂ ਕਰ ਸਕਦੇ ਕਿ ਪਾਣੀ ਆਪਾਂ ਨਾ ਖੜਾ ਰੱਖ ਸਕਦੇ ਆ ਤੇ ਨਾ ਹੀ ਆਪਾਂ ਨੂੰ ਉਦੀ ਮਦਦ ਲੈਣੀ ਚਾਹੀਦੀ ਹੈ ਸੋਇਲ ਮਾਰਕ ਮਾਈਕਰੋ অর্গানিਜ਼ਮ ਨੂੰ ਆਪਾਂ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ ਉਹਨੂੰ ਕੁਦਰਤੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਜਿੱਥੇ ਵੀ ਖੇਤਾਂ ਦੇ ਵਿੱਚ ਇਹ ਸਮੱਸਿਆ ਆਈ ਹੈ ਤੁਸੀਂ ਇਹ ਤਿੰਨ ਚਾਰ ਸਪ੍ਰੇਹਾਂ ਦੀ ਮਾਤ ਲੈ ਕੇ ਉਹਨੂੰ ਕੰਟਰੋਲ ਕਰ ਸਕਦੇ ਹੋ ਹੁਣ ਤੁਹਾਡਾ ਜਿਹੜਾ ਮੇਨ ਕੰਮ ਹੈਗਾ ਕਣਕ ਦੀ ਫਸਲ ਨੂੰ ਗਰੋਥ ਕਰਾਉਣ ਦਾ ਪੀਲੇ ਪੈਣ ਤੋਂ ਰੋਕਣ ਦਾ ਤੇ ਨਦੀਨਾਂ ਨੂੰ ਕੰਟਰੋਲ ਕਰਨ ਦਾ ਤੇ ਸਮੇਂ ਸਿਰ ਪਾਣੀ ਲਾਉਣ ਦਾ ਇਹਦੇ ਰਿਗਾਰਡਿੰਗ ਪਹਿਲਾਂ ਵੀ ਦੋ ਵੀਡੀਓ ਪਾ ਚੁੱਕੇ ਆ ਇਸ ਤੋਂ ਇਲਾਵਾ ਕੋਈ ਹੋਰ ਸਵਾਲ ਹੋਇਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਉਹਨੂੰ ਕਨਸਿਡਰ ਕਰਕੇ ਪੂਰੀ ਜਾਣਕਾਰੀ ਤੈ ਤੁਹਾਨੂੰ ਇੱਕ ਵੀਡੀਓ ਦੇਣ ਦੀ ਕੋਸ਼ਿਸ਼ ਕਰਾਂਗੇ ਫੇਸਬੁੱਕ ਇੰਸਟਾਗ੍ਰam YouTube ਤੇ ਬਨੇ ਰਹੋ ਖੇਤੀ ਦੇ ਨਾਲ ਜੁੜੀਆਂ ਹੋਊਗਾ ਵੀਡੀਓ ਤੁਹਾਨੂੰ ਹਰ ਰੋਜ਼ ਨਵੀਂ ਤਾਜ਼ਾ ਵੀਡੀਓ ਦੇ ਰੂਪ ਵਿੱਚ ਜਾਣਕਾਰੀ ਮਿਲਦੀ ਰਹੇਗੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ